ਖੇਡਾਂ ਪ੍ਰਤੀ ਜਿੱਥੇ ਕੇਂਦਰ ਤੇ ਰਾਜ ਸਰਕਾਰਾਂ ਆਪਣਾ ਯੋਗਦਾਨ ਪਾ ਰਹੀਆਂ ਨੇ, ਜਿਸ ਰਾਹੀਂ ਨਵੇਂ-ਨਵੇਂ ਖਿਡਾਰੀਆਂ ਨੂੰ ਆਪਣੇ ਜੋਹਰ ਵਿਖਾਉਣ ਦਾ ਮੌਕਾ ਮਿਲ ਰਿਹਾ ਹੈ। ਇਸੇ ਲੜੀ ਤਹਿਤ ਮੋਗਾ ਦੀ ਗੁਰੂ ਨਾਨਕ ਸਪੋਰਟਸ ਅਕੈਡਮੀ ਵੱਲੋਂ ਬਿਹਤਰੀਨ ਖਿਡਾਰੀਆਂ ਨੂੰ ਪੇਸ਼ ਕੀਤਾ ਜਾ ਰਿਹਾ ਹੈ, ਜਿੱਥੇ ਇਸੇ ਗਰਾਊਂਡ ਦੀ ਕ੍ਰਿਕਟਰ ਹਰਮਨ ਨੇ ਆਪਣਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ ਹੈ। ਇਸ ਦੌਰਾਨ ਪਰਮਜੀਤ ਸਿੰਘ ਡਾਲਾ ਨੇ ਆਖਿਆ ਕਿ ਅੱਜ ਫਿਰ ਇਸੇ ਗਰਾਊਂਡ ਵਿੱਚ ਅੰਡਰ 17 ਸੁਖਮਨ ਕੌਰ ਤੇ ਇੱਕ ਮਨੂਰ ਸਿੰਘ ਜੋਹਲ 1 ਦਸੰਬਰ ਤੋਂ 5 ਦਸੰਬਰ ਤੱਕ ਦਿੱਲੀ ਵਿੱਚ ਹੋ ਰਹੀ ਨੈਸ਼ਨਲ ਬਾਸਕਟਬਾਲ गेम ਲਈ ਅਕੈਡਮੀ ਵੱਲੋਂ ਸਨਮਾਨਿਤ ਕਰ ਅੰਮ੍ਰਿਤਸਰ ਤੇ ਪਟਿਆਲਾ ਰਵਾਨਾ ਕੀਤਾ ਹੈ, ਜਿੱਥੇ ਉਹ ਨੈਸ਼ਨਲ ਬਾਸਕਟਬਾਲ 17 ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣਗੇ। ਅਕੈਡਮੀ ਨੇ ਅੰਡਰ 14 ਦੋਗਰੀ ਪੰਜਾਬ ਸੂਬੇ ਵਿੱਚ ਜਿੱਤੀਆਂ। ਹੁਣ ਵੀ ਇਹਨਾਂ ਦੇ ਜਿਹੜੇ 26 ਦੇ ਜਿਹੜੇ ਹੈਗੇ ਪਿਛਲੇ ਸਮੇਂ ਤੇ ਉਹ ਨੈਸ਼ਨਲ ਤੇ ਜਾ ਚੁੱਕੇ ਨੇ। ਹੁਣ 2 ਪਲੇਅਰ ਸੁਖਮਨ ਕੌਰ ਸਿੱਧੂ अंडर 70 ਦੇ ਵਿੱਚ ਅਤੇ ਏਕਨੂਰ ਜੌਲ ਉਹ ਵੀ ਅੰਡਰ 70 ਬॉयज़ ਦੇ ਵਿੱਚ ਕੈਂਪ ਲੱਗਿਆ ਹੈਗਾ। ਉਹ ਦਿੱਲੀ ਵਿਖੇ ਜੋ ਗੇਮਾਂ ਹੋ ਰਹੀਆਂ ਨੈਸ਼ਨਲ ਗੇਮਸ ਉਹਦੇ ਪਾਰਟੀਸਪੇਟ ਕਰਨ ਵਾਸਤੇ ਜਿਹੜੀ ਸਾਡੀ ਟੀਮ ਦੇ ਪੰਜਾਬ ਵੱਲ ਜਾ ਰਹੇ ਨੇ, ਤਾਂ ਸਾਨੂੰ ਆਸ ਹੈ ਕਿ ਸਾਡੇ ਇਹ ਪਲੇਅਰ ਨੈਸ਼ਨਲ ਲੈਵਲ 'ਤੇ ਪ੍ਰਾਪਤੀਆਂ ਕਰਨਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮੋਗੇ ਦਾ ਨਾਂ ਜਿਹੜਾ ਬਾਸਕਟਬਾਲ ਵਿੱਚ ਹੈਗਾ ਨੈਸ਼ਨਲ ਨਹੀਂ ਬਲਕਿ ਇੰਟਰਨੈਸ਼ਨਲ ਤੱਕ ਜਾਊਗਾ।